ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੱਖਿਆਂ ਦਾ ਇੱਕ ਨਵਾਂ ਡਿਜ਼ਾਈਨ ਤਿਆਰ ਕਰਾਂਗੇ। ਇਵੇਂ ਹਰੇ ਰੰਗ ਦੇ ਵਿੱਚ ਤਾਣਾ ਪਾਇਆ ਹੈ, ਜਿਹੜਾ ਆਪਾਂ ਇਸ ਤਰ੍ਹਾਂ ਪਾਉਣੇ ਆ ਇਹਨੂੰ ਤਾਣਾ ਬੋਲਿਆ ਜਾਂਦਾ ਹੈ, ਅਤੇ ਜਿਹੜਾ ਆਪਾਂ ਡਿਜ਼ਾਈਨ ਦੇ ਅਕੋਰਡਿੰਗ ਇੱਧਰ ਨੂੰ ਧਾਗਾ ਪਾਉਣੇ ਆ ਉਹਨੂੰ ਪੇਟਾ ਬੋਲਿਆ ਜਾਂਦਾ ਹੈ। ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਅਤੇ ਐਂਡ ਤੱਕ ਸਾਡੀ ਵੀਡੀਓ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾਗੇ ਕਿ ਤਿੰਨ ਤਿੰਨ ਧਾਗਿਆਂ ਨੂੰ ਆਪਾਂ ਡਿਵਾਈਡ ਕਰਾਂਗੇ। ਤਿੰਨ ਦੱਬਾਂਗੇ, ਤਿੰਨ ਚੱਕਾਂਗੇ, ਤਿੰਨ ਦੱਬਾਂਗੇ, ਫਿਰ ਤਿੰਨ ਚੱਕਾਂਗੇ। ਇਹ 12 ਧਾਗੇ ਨੇ, 12 ਧਾਗਿਆਂ ਤੋਂ ਬਾਅਦ ਮੈਂ ਇੱਕ ਧਾਗਾ ਦਬਾਇਆ ਗਾ। ਫਿਰ ਇੱਧਰਲੀ ਸਾਈਡ ਮੈਂ 15 ਧਾਗੇ ਲਏ ਨੇ, 15 ਤੋਂ ਬਾਅਦ ਇੱਕ ਧਾਗਾ ਦਬਾਇਆ ਗਾ, ਦੁਬਾਰਾ ਫਿਰ 15 ਤੋਂ ਬਾਅਦ ਇੱਕ ਦਬਾਇਆ, ਦੁਬਾਰਾ ਫਿਰ 15 ਤੋਂ। ਇਹਨਾਂ ਦੇ ਵਿਚਾਲੇ ਜਿਹੜੇ 15-15 ਧਾਗੇ ਨੇ ਉਹਨਾਂ ਨੂੰ ਵੀ ਮੈਂ 3-3 ਦੇ ਵਿੱਚ ਹੀ ਵੰਡਿਆ, 3 ਚੱਕੇ ਆ, 3 ਦੱਬੇ ਆ, 3 ਚੱਕੇ ਆ, ਇਸ ਤਰ੍ਹਾਂ। ਹੁਣ ਇੱਥੇ ਆਪਾਂ ਇਹ ਲਹਿਰੀਆ ਡਿਜ਼ਾਈਨ ਤਿਆਰ ਕਰਾਂਗੇ। ਸਾਡਾ ਪਹਿਲਾ ਲਹਿਰੀਆ ਇੱਥੇ ਤਿਆਰ ਹੋਊਗਾ, ਇਸ ਤਰ੍ਹਾਂ। ਦੂਸਰਾ ਜਿਹੜਾ ਸਾਡਾ ਇੱਥੇ ਬਣ ਜੂਗਾ, ਤੀਸਰਾ ਇੱਥੇ ਬਣ ਜੂਗਾ। ਇਸ ਤਰੀਕੇ ਦੇ ਨਾਲ ਆਪਾਂ ਲਹਿਰੀਆ ਬਣਾਵਾਂਗੇ। ਇੱਕ ਧਾਗੇ ਨੂੰ ਘੱਟ ਕਰ ਦਾਂਗੇ, ਦੂਜੀ ਸਾਈਡ 'ਤੇ ਇੱਕ ਧਾਗਾ ਵਧਾ ਦਾਂਗੇ। ਇਸ ਤਰੀਕੇ ਦੇ ਨਾਲ ਆਪਾਂ ਇਹ ਜਿਹੜਾ ਲਹਿਰੀਆ ਡਿਜ਼ਾਈਨ ਉਹ ਤਿਆਰ ਕਰਾਂਗੇ, ਅਤੇ ਇਹਨਾਂ ਦੋਨਾਂ ਦੇ ਵਿਚਾਲੇ ਆਪਾਂ ਇਹ ਡਾਇਮੰਡ ਤਿਆਰ ਕਰਿਆਗਾ। ਇੱਕ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਆਪਾਂ ਆਪਣੇ ਡਿਜ਼ਾਈਨ ਆ ਜਿਹੜਾ ਇਹਦੇ ਵਿੱਚ ਕਾਟੋਆਂ ਦਾ ਡਿਜ਼ਾਈਨ ਜਾਂ ਕਲੈਰੀ ਕਹਿ ਦਿੰਦੇ ਹਾਂ, ਸਕੁਇਰਲ ਕਹਿ ਰਹੇ ਹਾਂਗੇ ਜਿਸਨੂੰ, ਉਹ ਆਪਾਂ ਡਿਜ਼ਾਈਨ ਇਹਦੇ ਵਿੱਚ ਪਾਵਾਂਗੇ। ਇੱਕ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਆਪਾਂ ਕਾਟੋਆਂ ਦਾ ਡਿਜ਼ਾਈਨ ਇਹਦੇ ਵਿੱਚ ਪਾਵਾਂਗੇ ਤਾਂ ਲਹਿਰੀਆ ਇਸ ਹਿਸਾਬ ਦੇ ਨਾਲ ਤੁਸੀਂ ਪਾਉਂਦੇ ਜਾਇਓ ਕਿ ਇਹ ਵੇਲੇ ਜਿਹੜੇ ਧਾਗੇ ਨੇ ਇਹ 25 ਧਾਗੇ ਹੋਣੇ ਚਾਹੀਦੇ ਨੇਗੇ। ਜਦੋਂ ਇਹ 25 ਹੋ ਗਏ ਫਿਰ ਆਪਾਂ ਆਪਣੇ ਕਾਟੋਆਂ ਦਾ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ। ਇੱਥੇ ਵੀ ਤੁਹਾਡੇ 25 ਧਾਗੇ ਹੋਣੇ ਚਾਹੀਦੇ ਨੇ। ਇਹ ਲਹਿਰੀ ਆਪਾਂ ਇੱਧਰਲੀ ਸਾਈਡ 'ਤੇ ਵਾਪਸ ਮੋੜ ਦਾਂਗੇ, ਇੱਥੇ ਆਪਣਾ ਡਾਇਮੰਡ ਬਣੂੰਗਾ। ਇੱਥੇ ਆਪਾਂ ਇੱਕ ਧਾਗੇ ਨੂੰ ਦਵਾਵਾਂਗੇ ਅਤੇ ਇਹਦਾ ਜਿਹੜਾ ਇਹ ਸੈਂਟਰ ਵਾਲਾ ਗਾ ਇਹ ਵਾਲਾ ਧਾਗਾ ਦਵਾਵਾਂਗੇ। ਇੱਥੋਂ ਆਪਾਂ ਇਹ 3 ਧਾਗੇ ਦਵਾਵਾਂਗੇ, ਇਸ ਤੋਂ ਬਾਅਦ ਆਪਾਂ 10 ਧਾਗੇ ਚੱਕਣੇ ਹੈਗੇ। 10 ਧਾਗੇ ਤੋਂ ਬਾਅਦ ਇੱਕ ਧਾਗਾ ਦੱਬਾਂਗੇ, ਫਿਰ ਇੱਧਰੋਂ ਆਪਾਂ ਜਿਹੜਾ ਆਪਣਾ 25ਵਾਂ ਧਾਗਾ ਗਾ ਉਹਨੂੰ ਦਵਾਵਾਂਗੇ। ਇੱਥੇ ਇੱਕ ਦਵਾਉਣਾ ਗਾ, ਦੁਬਾਰੇ ਫਿਰ ਇੱਥੇ ਸੈਂਟਰ ਵਾਲਾ। ਇੱਥੇ ਆਪਣੀ ਦੂਸਰੀ ਕਾਟੋ ਸ਼ੁਰੂ ਹੋ ਚੁੱਕੀ ਹੈ, 3 ਧਾਗੇ ਦਵਾਵਾਂਗੇ, ਫਿਰ 10 ਧਾਗੇ ਛੱਡ ਕੇ ਇੱਕ ਧਾਗਾ ਦਵਾਵਾਂਗੇ, ਅਤੇ ਉਸ ਤੋਂ ਬਾਅਦ ਆਪਾਂ 25ਵਾਂ ਧਾਗਾ ਦਵਾਵਾਂਗੇ, ਅਤੇ ਲਹਿਰੀ ਇੱਧਰਲੀ ਸਾਈਡ 'ਤੇ ਖਤਮ ਹੋ ਜੂਗਾ। ਹੁਣ ਇੱਥੋਂ ਆਪਾਂ ਵਾਪਸ ਜਾ ਰਹੇ ਹਾਂਗੇ। ਇਹ ਤਾਂ ਆਪਾਂ ਪਹਿਲਾਂ ਇੱਕ ਦਵਾਏ ਸੀ, 3 ਧਾਗੇ ਦਵਾਵਾਂਗੇ, ਇੱਥੇ 3 ਧਾਗੇ ਦਵਾ ਦਾਂਗੇ। ਇੱਥੇ ਸੇਮ ਇਸੇ ਧਾਗੇ ਦੇ ਵਿੱਚ ਆਉਂਦੇ ਹੋਏ 2 ਧਾਗੇ ਦਵਾਵਾਂਗੇ। ਇੱਥੇ ਕੀ ਕਰਨਾ, ਇੱਕ ਧਾਗਾ ਆਪਾਂ ਇਹ ਦਵਾ ਦਾਂਗੇ, ਸੈਂਟਰ ਵਾਲੇ ਨੂੰ ਜਿਹੜਾ ਆਪਾਂ ਪਹਿਲਾਂ ਦਵਾਇਆ ਸੀ ਉਹਨੂੰ ਚੱਕਾਂਗੇ, ਫਿਰ ਇੱਕ ਦਵਾ ਦਾਂਗੇ। ਇੱਥੇ ਆਪਾਂ ਜਿਹੜੇ 3 ਧਾਗੇ ਦਵਾਏ ਸੀ ਹੁਣ ਆਪਾਂ 4 ਧਾਗੇ ਦਵਾਵਾਂਗੇ। ਇੱਥੇ ਇੱਕ ਦਵਾਇਆ ਸੀ, ਇੱਥੇ ਆਪਾਂ 3 ਧਾਗੇ ਦਵਾਵਾਂਗੇ, ਇੱਥੇ 2 ਧਾਗੇ ਦਵਾਵਾਂਗੇ। ਇਹਦਾ ਆਪਾਂ ਇੱਕ ਪਹਿਲਾਂ ਚੱਕਾਂਗੇ, ਸੈਂਟਰ ਵਾਲੇ ਨੂੰ ਚੱਕਾਂਗੇ, ਅਤੇ ਇੱਕ ਹੋਰ ਦਵਾ ਦਾਂਗੇ। ਇੱਥੇ ਆਪਾਂ 4 ਧਾਗੇ ਦਵਾਵਾਂਗੇ। ਇਹ ਤੀਸਰੇ ਧਾਗੇ ਦੇ ਵਿੱਚ ਆਪਾਂ ਲਹਿਰੀਏ ਦਾ ਇੱਕ ਧਾਗਾ ਘੱਟ ਕਰਕੇ ਇੱਕ ਧਾਗੇ ਨੂੰ ਦਵਾਵਾਂਗੇ, ਫਿਰ ਇੱਧਰੋਂ ਆਪਾਂ 3 ਧਾਗੇ ਬਣਾਵਾਂਗੇ। ਇਹਦੇ ਨਾਲ ਇਹ ਜਿਹੜਾ ਡਾਇਮੰਡ ਦਾ ਸੈਂਟਰ ਵਾਲਾ ਧਾਗਾ ਇਹ ਚੱਕਾਂਗੇ, ਦੋਨੇ ਸਾਈਡਾਂ ਤੋਂ ਇੱਕ ਇੱਕ ਫੇਰ ਵਧਾ ਦਾਂਗੇ, ਯਾਨੀ ਕਿ ਪਹਿਲਾਂ ਇੱਕ ਦੱਬਿਆ ਸੀ ਫਿਰ 3, ਹੁਣ 5 ਦਬਾਏ ਜਾਣਗੇ। ਇੱਥੋਂ ਇੱਕ ਧਾਗੇ ਨੂੰ ਘੱਟ ਕਰਾਂਗੇ ਅਤੇ ਆਪਾਂ ਇੱਧਰੋਂ 4 ਧਾਗੇ ਦਵਾਉਣੇ ਆ, ਫਿਰ 2 ਛੱਡ ਕੇ ਇੱਕ ਧਾਗਾ ਦਵਾਵਾਂਗੇ, ਅਤੇ ਇਹਦਾ ਇਹ ਇਕੱਲਾ ਸੈਂਟਰ ਵਾਲਾ ਦਵਾਵਾਂਗੇ। ਇੱਥੋਂ ਆਪਾਂ ਇੱਕ ਧਾਗਾ ਦਵਾਵਾਂਗੇ, ਫਿਰ 2 ਧਾਗੇ ਛੱਡਾਂਗੇ, ਅਤੇ ਇੱਥੇ ਇਹ 3 ਬਣ ਜਾਣਗੇ। ਹੁਣ ਆਪਾਂ ਇੱਥੋਂ ਇਹ ਧਾਗੇ ਦੇ ਵਿੱਚ ਦੀ ਹੁੰਦੇ ਹੋਏ
इत्थे आपां तिन धागे दवावांगे, फिर इत्थों शुरू होंदे हुए चार धागे दवाउणे। इत्थे आपां इहनूं इसे तरह चक लांगे, इत्थे भी चार धागे दवावांगे ते सेम इन्हां चारां नूं दुबारे फिर दवा दांगे। हुण इत्थे आपां इक धागे नूं घट करांगे ते इधरली साइड इक धागे नूं वधा दांगे। सेम इत्थों निकलदे हुए दो धागे छड्डांगे, फिर आपां तीसरे धागे नूं चक्कांगे। इहदी अख बणूगी, इस तों बाद फिर दो धागे नूं दबा दांगे। इह तिन धागे नूं इसे तरह चक्कांगे, फिर इत्थों दो धागे छड्ड के इक धागा आपां उपर चक्कांगे। इत्थे आपां इक धागे नूं छड्ड के इह चारां नूं दबा दांगे। जिवें कि तुसीं देख सकते हो कि मैं अगले धागे दे विच कुछ भी नहीं किया, सिर्फ ये पूछ दे सेम धागे दबे ने। इत्थों ये फेस वाले ये अख वाला धागा जिहड़ा आपां पहलां चक्किया सी उहनूं दबाता, सेम उहनां धागियां दे विच ही मैं लंघिया। हुण आपां अगे की करांगे कि इत्थों आउंदे होए पूछ दे तां आपां सेम यही धागे चक्कांगे। ये वाला एक इसे तरह छड़ दांगे, इधरली साइड आपां ये एक धागा घट कर दांगे, इत्थों भी आपां एक धागा घट कर दांगे ते ये पूछ वाले सेम यही धागे रहणगे। दोनों साइडां दे फेस तों एक एक धागा घट करांगे, पूछ दे सेम इन्हां धागियां विच्चों ही लंघांगे ते इन्हां दे हेठां दी इसे तरह ही जावांगे। मैं फेस तों एक एक धागा घट करता दोनों साइडां तों, पूछ दे उन्हां धागियां दे विच्चों ही लंघे आ। हुण आपां की करना गा कि फेस तों दोनों साइडां तों आपां एक एक धागा दुबारे फिर कट करांगे। इहदे नाल ही आपां पूछ दा भी एक एक धागा कट कर दांगे ते इह जिहड़े विचाले पंज धागे आ इन्हां पंजां दे विच्चों आपां इह सेंटर दे जिहड़े तिन धागे आ इन्हां नूं दबा दांगे। फेस ते पूछ तों एक एक धागे नूं कट कर दांगे ते नाल ही इह जिहड़े तिन धागे आ इन्हां नूं आपां दबा दांगे। इस तों बाद आपां की करांगे कि पूछ दे एक धागा तां आपां इधरली साइड वधा दांगे ते इत्थों एक धागा घट कर दांगे, फिर दो धागे छड्ड के इत्थों आपां पंज धागे दबावांगे। इह तिन धागे इसे तरह ही दबाउणे आ। इत्थों आपां एक धागे नूं वधा दांगे ते इधरली साइड आपां पंज धागे दबावांगे ते पूछ तों आपां पहला तीन धागे से हुण आपां दो दबावांगे, यानी कि एक धागा पूछ तों भी घट जूगा ते इस इहदे विच ही सेम जाऊगा। इह नौ धागे ने, इहनां दे विच दोनों साइडां तों चार चार धागे छड्ड के आपां एक धागा दबावांगे। इस तों बाद जिहड़ा इह वाला एक धागा पै चुक्किआ अपना पूछ दा, इह आपां चार धागे पाउणे, एक पै चुक्किआ तीन आपां होर पावांगे ते इत्थों आपां दोनों साइडां तों इधरों तां आपां एक धागा वधा दांगे, इत्थों आपां दो वधा दांगे। इह हत्थ बन जाणगे ते इह वाली काटो दा वी आपां की करांगे, इधरली साइड तों दो धागे वधावांगे, कल्ला ही सेंटर वाला ही एक धागा चक्किआ जाऊगा। इत्थों दो धागे वधा दांगे, इधर एक धागा वधावांगे, जिहड़ा इह पूछता एक धागा गा इह अगले चार धागे पैणगे, इहदी पूछ दे भी अगले चार धागे पैणगे। कल्ले जिहड़ा इहनां दा पेट हैगा दोनों इधरों एक धागा वधूगा ते इधरों दो वध जाणगे, इत्थों भी एक वध जूगा ते इत्थों दो वध जाणगे। अगले धागे विच की होगा कि सिर्फ इत्थों ही एक एक धागा घटूगा, बाकी इन्हां सारिआं दे विचों सेम जाऊगा। पूछ वाले भी सेम धागे ने दोनों साइडां तों, सिर्फ इत्थों ही एक एक धागा जिहड़ा उह घट हो जूगा। अगले धागे विच सिर्फ इत्थों ही दो दो धागे घट होणगे, बाकी पूछ वाले सेम रहणगे। ये डायमंड अपना इसे तरह ही नाल ही चलता रहेगा, सिर्फ ये दो दो धागे घट होणगे। अगले धागे दे विच आपां पहलां ये वाले नूं दब के गए सी, हुण आपां इत्थों शुरू हो के सेम इन्हां धागियां दे विच ही जावांगे। इत्थों शुरू हो के सेम इन्हां धागियां दे विच, बाकी सारा उस तरह ही। तो उस तो बाद अगले धागे दे विच आपां की करांगे कि फिर एक बारी दोनों साइडां तों एक एक धागा घट कर देंगे। एक बारी तो आपां
सेम इन्हां धागियां 'च जावांगे। उस तो बाद एक एक धागा कट कर देंगे। हुण इस तो बाद की करना कि इत्थों एक धागा कट कर देंगे आपां दोनों साइडां तों, ते इधरली साइड आपां तीन तीन धागे वधाउणे आ, यानी कि पैर बन जाणगे। इस तो बाद अपना जिहड़ा काटो दा डिजाइन आ पूरा हो चुका है।